ਖਾਲਿਸਤਾਨ ਪੱਖੀ ਸੰਗਠਨ ਸਿੱਖਸ ਫਾਰ ਜਸਟਿਸ ਨੇ ਤੁਰਕੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਭਾਜੜਾਂ ਪਵਾ ਦਿੱਤੀਆਂ। ਜੀ ਹਾਂ, ਇਹ ਕਹਿਣਾ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਤਵੰਤ ਸਿੰਘ ਪੰਨੂ ਦਾ। ਖਾਲਿਸਤਾਨੀ ਸੰਗਠਨ ਦੇ ਵਕੀਲ ਪੰਨੂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਦਰਜ ਹੋਏ ਫੌਜਦਾਰੀ ਮੁਕਦਮੇ ਵਿੱਚ ਅਦਾਲਤ ਵੱਲੋਂ ਤੁਰਕੀ ਪੁਲਿਸ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਜੇ ਕੈਪਟਨ ਕੋਲ ਡਿਪਲੋਮੈਟਿਕ ਪਾਸਪੋਰਟ ਨਹੀਂ ਤਾਂ ਉਸ ਨੂੰ ਪੇਸ਼ ਕੀਤਾ ਜਾਵੇ। ਉਹ ਇੱਥੇ ਤੁਰਕੀ ਵਿੱਚ ਕੈਪਟਨ ਦੀ ਗ੍ਰਿਫਤਾਰੀ ਲਈ ਕੈਂਪਿੰਗ ਕਰ ਰਹੇ ਸੀ, ਜਿਸ ਤਹਿਤ ਉਹਨਾਂ ਨੇ ਕੈਪਟਨ ਵਿਰੁੱਧ ਅਦਾਲਤ ਵਿੱਚ ਫੌਜਦਾਰੀ ਮੁਕਦਮਾ ਦਰਜ ਕਰਵਾਇਆ ਸੀ। ਪੰਨੂ ਨੇ ਇਹ ਵੀ ਆਖਿਆ ਕਿ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲੱਭਣ ਲਈ ਗੈਲੀਪੋਲੀ ਸਮੇਤ ਤੁਰਕੀ ਦੇ ਹੋਰ ਕਈ ਸ਼ਹਿਰਾਂ ਵਿੱਚ ਵਿਜ਼ਿਟ ਕੀਤੀ, ਪਰ ਕੈਪਟਨ ਉਹਨਾਂ ਦੇ ਅੱਗੇ-ਅੱਗੇ ਭੱਜਦੇ ਰਹੇ। ਪਿਛਲੇ ਕਾਫੀ ਦਿਨਾਂ ਤੋਂ ਅਸੀਂ ਜਿਹੜੇ ਇੱਥੇ ਵਕੀਲ ਔਰ ਜਿਹੜੇ ਟਰਾਂਸਲੇਟਰਸ ਹਾਇਰ ਕੀਤੇ ਹੋਏ ਸੀ, ਔਰ ਜਿਹੜੀ ਕੰਪਲੇਂਟ ਹੈ, ਕ੍ਰਿਮੀਨਲ ਕੰਪਲੇਂਟ ਜਿਹੜੀ ਇਹਦੇ ਖਿਲਾਫ ਸਿੱਖ ਜੁਝਾਰੂਆਂ ਨੂੰ, ਸਿੱਖ ਕਾਰਕੁਨਾਂ ਨੂੰ, 2020 ਵਾਲਿਆਂ ਨੂੰ ਤਸ਼ੱਦਦ ਕਰਨ ਦੀ, ਉਹ 28 ਅਕਤੂਬਰ ਦੀ ਪੈ ਚੁੱਕੀ ਸੀ ਔਰ ਇਹਦੀ ਵੇਟ ਕੀਤੀ ਜਾ ਰਹੀ ਸੀ ਗੈਲੀਪੋਲੀ ਪਹੁੰਚਣ ਦੀ, ਜਿੱਥੇ ਇਸਨੇ ਸਮਾਂ ਦਿੱਤਾ ਸੀ ਔਰ ਸਮਾਂ ਅਸੀਂ ਇਹਨੂੰ ਦਿੱਤਾ ਸੀ 28 ਅਕਤੂਬਰ ਤੋਂ ਲੈ ਕੇ 1 ਨਵੰਬਰ ਦਾ। ਸੋ ਇਹਨੇ ਕੀ ਕੀਤਾ ਕਿ ਕੱਲ੍ਹ ਇਹ ਭਾਰਤੀ ਹਕੂਮਤ ਦੇ ਕੌਂਸਲੇਟ ਦੇ ਔਰ ਬਾਹਰਲੀਆਂ ਜਿਹੜੀਆਂ ਇੱਥੇ ਦੀਆਂ ਏਜੰਸੀਆਂ ਉਹਨਾਂ ਦੇ ਨਾਲ 1 ਘੰਟਾ ਆ ਕੇ ਗੈਲੀਪੋਲੀ 'ਚ ਉੱਥੇ ਹੋਮਜ ਪੇ ਕਰਦਾ ਔਰ ਉੱਥੋਂ ਚਲੇ ਜਾਂਦਾ ਔਰ ਅੱਜ ਔਰ ਉਸ ਤੋਂ ਬਾਅਦ ਇਹਨੇ ਧਮਕੀ ਦਿੱਤੀ ਹੈ ਰਾਤ ਨੂੰ, ਤੁਸੀਂ ਪੜ੍ਹ ਸਕਦੇ ਹੋ ਅਖਬਾਰਾਂ ਦੇ ਵਿੱਚ ਕਿ 2020 ਵਾਲੇ ਜਾਂ ਸਿੱਖਸ ਫਾਰ ਜਸਟਿਸ ਵਾਲੇ ਮੈਨੂੰ ਕਿਤੇ ਦਿਸਦੇ ਨਹੀਂ ਪਏ, ਇਹ ਬਾਅਦ 'ਚੋਂ ਦਿੱਤੀ ਹੈ ਜਾ ਕੇ। ਪਰ ਅੱਜ ਤੁਹਾਨੂੰ 3 ਵਜੇ ਤੱਕ ਤਾਂ ਅਸੀਂ ਦੱਸਿਆ ਸੀ ਕਿ ਗੈਲੀਪੋਲੀ ਦੀ ਪੁਲਿਸ ਜਿਹੜੀ ਹੈ ਉਹਨੇ ਹਰ ਹੋਟਲ ਦੇ ਵਿੱਚ ਛਾਣ ਮਾਰਿਆ ਔਰ ਉਸ ਤੋਂ ਬਾਅਦ ਜਦੋਂ ਅਸੀਂ ਪਹੁੰਚੇ ਪਬਲਿਕ ਪ੍ਰੋਸੀਕਿਊਟਰ ਦੇ ਕੋਲ ਅਤੇ ਪੁਲਿਸ ਵਾਲਿਆਂ ਨੇ ਦੱਸਿਆ ਕਿ ਵੀ ਇਹ ਗੈਲੀਪੋਲੀ 'ਚ ਨਹੀਂ ਹੈ, ਇੱਕ ਹੋਰ ਸ਼ਹਿਰ ਹੈ ਚਨਕਿਆ, ਸ਼ਾਇਦ ਉੱਥੇ ਗਿਆ ਹੋਇਆ। ਫਿਰ ਆਰਡਰ ਲਿਆ ਗਿਆ ਔਰ ਉਸ ਕੋਰਟ ਦੇ ਕੋਲੋਂ ਦੀ, ਪਬਲਿਕ ਪ੍ਰੋਸੀਕਿਊਟਰ ਦੇ ਕੋਲੋਂ ਦੀ, ਔਰ ਉਸ ਸ਼ਹਿਰ ਦੇ ਵਿੱਚ ਵੀ ਨਹੀਂ ਮਿਲਿਆ ਔਰ ਪਤਾ ਜਿਹੜਾ ਹੈ ਅਨਅਫਿਸ਼ਲੀ ਇਹ ਲੱਗਿਆ ਕਿ ਜਿਹੜੀ ਫਲਾਈਟ ਹੈ ਪਹਿਲੀ ਵਾਪਸ ਜਾਂਦੀ ਦਿੱਲੀ ਨੂੰ, ਭਾਰਤੀ ਦਹਿਸ਼ਤਗਰਦ ਵੱਲ ਨੂੰ, ਉਸ ਦੇਸ਼ ਵੱਲ ਨੂੰ ਜਾਂਦੀ, ਉਸ ਫਲਾਈਟ ਦੇ ਵਿੱਚ ਇਹ ਬੈਠਿਆ ਮਿਲੇਗਾ। ਪਰ ਉਹਦੇ ਚਾਹਣ ਵਾਲੇ, ਉਹਦੇ ਨਾਲ ਦੇ ਮੀਡੀਆ ਵਾਲੇ ਔਰ ਪੂਰਾ ਭਾਰਤ ਦਾ ਜਿਹੜਾ ਮੀਡੀਆ ਉਹ ਇੱਕ ਪਾਸੇ ਅੱਜ ਖੜ ਚੁੱਕਾ। ਸੋ ਇੱਕ ਪਾਸੇ ਹੈ ਸਿੱਖ ਕੌਮ, ਦੂਜੇ ਪਾਸੇ ਹੈ ਭਾਰਤੀ ਮੀਡੀਆ। ਸੋ ਸਿੱਖ ਕੌਮ ਦੀ ਆਵਾਜ਼ ਜਿਹੜੀ ਹੈ ਉਹ ਤੁਸੀਂ ਬੁਲੰਦ ਕਰਨੀ ਹੈ ਔਰ ਭਾਰਤੀ ਮੀਡੀਆ ਨੂੰ ਇਹ ਅਸੀਂ ਦੱਸਿਆ ਕਿ ਤੁਸੀਂ ਚਾਹੇ ਉਸ ਵੱਡੀ ਹਕੂਮਤ ਦੇ ਮੀਡੀਆ ਵਾਲੇ ਹੋ, ਚਾਹੇ ਤੁਸੀਂ ਰਾਜਨੀਤਿਕ ਲੀਡਰ ਹੋ, ਚਾਹੇ ਤੁਸੀਂ ਪੁਲਿਸ ਵਾਲੇ ਹੋ, ਜੇ ਤੁਸੀਂ ਸਿੱਖ ਕਾਰਕੁਨਾਂ 'ਤੇ, ਖਾਲਿਸਤਾਨ ਦਾ ਸੰਘਰਸ਼ ਕਰਨ ਵਾਲਿਆਂ 'ਤੇ ਝੂਠੇ ਕੇਸ ਪਾਓਗੇ, ਉਹਨਾਂ ਦੇ ਉੱਤੇ ਤਸ਼ੱਦਦ ਕਰੋਗੇ, ਤਾਂ ਤੁਹਾਨੂੰ ਸਿਰਫ ਭਾਰਤ ਦੀ ਹੱਦਾਂ ਦੇ ਵਿੱਚ ਰਹਿਣ ਦਿੱਤਾ ਜਾਏਗਾ, ਉਸ ਤੋਂ ਬਾਹਰ ਨਹੀਂ ਆਉਣ ਦਿੱਤਾ ਜਾਏਗਾ। ਸੋ ਅੱਜ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਆਪਣੇ ਆਫਿਸ ਦੇ ਵਿੱਚ ਬੈਠ ਕੇ ਪੰਜਾਬ 'ਚ ਧਮਕੀ ਦਿਆ ਕਰਦਾ ਸੀ ਕਿ ਜੀ ਮੈਂ ਕਾਰਕੁਨਾਂ ਨੂੰ ਕਰੜੇ ਹੱਥੀ ਲਾਂਗਾ, ਜਦੋਂ ਆਪਣੀ ਵਾਰੀ ਆਈ ਪੁਲਿਸ ਨੇ ਸਿਰਫ ਪਾਸਪੋਰਟ ਵੇਖਣਾ ਸੀ ਕਿ ਡਿਪਲੋਮੈਟਿਕ ਇਮਿਊਨਿਟੀ ਹੈ ਕਿ ਨਹੀਂ ਹੈ, ਕੀ ਇਹ ਇੰਡੀਆ ਦਾ ਆਫੀਸ਼ਲ ਹੈ, ਕਿ ਇਹਨੇ ਤਸ਼ੱਦਦ ਜਿਹੜਾ ਕੀਤਾ ਹੈ ਉਹਦਾ ਕੀ ਜੁਰਮ ਬਣਦਾ ਹੈ, ਤਾਂ ਕਿ ਕੋਰਟ 'ਚ ਦੱਸਿਆ ਜਾ ਸਕੇ। ਸੋ ਪਾਸਪੋਰਟ ਲੈ ਕੇ ਇਹ ਅੱਗੇ ਭੱਜਿਆ ਫਿਰਦਾ, ਤੁਸੀਂ ਵੇਖ ਸਕਦੇ ਹੋ। ਸੋ ਅੱਜ ਦੀ ਕਾਰਵਾਈ ਜਿਹੜੀ ਹੈ ਤੁਰਕੀ ਦੀ, ਤੁਸੀਂ ਦੇਖ ਸਕਦੇ ਹੋ, ਇਹ ਸਾਰੀ ਦੁਨੀਆ ਤੱਕ ਪਹੁੰਚਾਓ ਕਿ ਕੈਪਟਨ ਦੇ ਪਿੱਛੇ ਚਾਹੇ ਗੈਲੀਪੋਲੀ ਦੀ ਪੁਲਿਸ ਸੀ ਜਾਂ ਦੂਜੇ ਸ਼ਹਿਰ ਦੀ ਸੀ, ਉਹਨਾਂ ਦੇ ਸਾਹਮਣੇ ਇਹ ਭੱਜ ਕੇ ਵਾਪਸ ਇਸਤਨਬੋਲ ਔਰ ਵਾਪਸ ਆਪਣੀ ਫਲਾਈਟ ਲੈਣ ਦੇ ਜਿਹੜੀ ਹੈ ਉਹ ਚੱਕਰ 'ਚ ਹੈ।
ਇਹ ਮੈਂ ਤਾਂ ਇੰਦਾ ਸਮਝਦਾ ਸੀਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਖਾਲਿਸਤਾਨੀਆਂ ਬਾਰੇ ਤਿੱਖਾ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਉਹ ਪੰਜਾਬ ਵਿੱਚ ਖਾਲਿਸਤਾਨੀ ਸੰਗਠਨਾਂ ਦੀਆਂ ਕਾਰਵਾਈਆਂ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਨਾ ਹੀ ਉਹਨਾਂ ਦੀ ਕੋਈ ਸਰਗਰਮੀ ਚੱਲਣ ਦਿੱਤੀ ਜਾਵੇਗੀ। ਕੈਪਟਨ ਦੇ ਇਸ ਬਿਆਨ ਤੋਂ ਬਾਅਦ ਹੀ ਖਾਲਿਸਤਾਨੀ ਸੰਗਠਨ ਸਿੱਖਸ ਫਾਰ ਜਸਟਿਸ ਨੇ ਉਹਨਾਂ ਨੂੰ ਤੁਰਕੀ ਵਿੱਚ ਘੇਰਨ ਦੀ ਯੋਜਨਾ ਬਣਾਈ। ਫਿਲਹਾਲ ਕੈਪਟਨ ਅਮਰਿੰਦਰ ਸਿੰਘ ਆਪਣਾ ਤੁਰਕੀ ਦੌਰਾ ਪੂਰਾ ਕਰਕੇ ਭਾਰਤ ਪਰਤ ਆਏ ਹਨ। ਹੁਣ ਦੇਖਣਾ ਹੋਵੇਗਾ ਕਿ ਉਹ ਖਾਲਿਸਤਾਨੀ ਸੰਗਠਨ ਵੱਲੋਂ ਕੀਤੇ ਜਾ ਰਹੇ ਇਹਨਾਂ ਦਾਅਵਿਆਂ ਤੇ ਕੀ ਬੋਲਦੇ ਹਨ। ਬਿਊਰੋ ਰਿਪੋਰਟ, ਸਪੋਕਸਮੈਨ ਟੀਵੀ। ਚਲੋ ਵੀ ਆਸਟ੍ਰੇਲੀਆ 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 ਸਿਡਨੀ ਮੈਲਬੋਰਨ ਸਿਡਨੀ ਮੈਲਬੋਰਨ ਆ ਵੀ ਕਿੱਥੇ ਜਾਣਾ? ਜਾਣਾ ਸਿਡਨੀ ਪਰ 5:30 ਬੈਂਡ ਹੈ। 5:30 ਬੈਂਡ ਥੋੜੇ ਹੁੰਦੇ? ਚੱਲ ਚੱਲ 5:30 ਬੈਂਡ ਨਾਲ ਸਿਡਨੀ ਚੱਲ। ਚਲੋ ਆਸਟ੍ਰੇਲੀਆ ਜਾਣਾ ਤਾਂ ਮੈਲਬੋਰਨ ਹੈ ਪਰ 5 ਸਾਲ ਦਾ ਗੈਪ ਆ। ਨਹੀਂ ਭਾਜੀ 5 ਸਾਲ ਦੀ ਗੱਲ ਨਹੀਂ ਬਣਨੀ। ਚਲੋ ਵੀ ਚਲੋ ਸਿਡਨੀ ਜਾਣਾ ਪਰ ਗੈਪ 2 ਸਾਲਾਂ ਦਾ। 2 ਸਾਲ ਦਾ ਗੈਪ, ਐਲੀਜੀਬਿਲਟੀ ਹੈਗੀ। ਚੱਲ ਬੈਠ ਜਾ ਕੇ ਆਸਟ੍ਰੇਲੀਆ ਆਸਟ੍ਰੇਲੀਆ ਮੈਲਬੋਰਨ ਜਾਣਾ ਜੀ ਪਰ 52% ਆਏ। ਉਹ 50 ਵੀ ਚੱਲਣਗੇ। ਚਲੋ 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 ਯਾਰ ਢਿੱਲੇ ਕਿਉਂ ਬੈਠੇ ਹੋ? ਕਾਲਾ ਕਿਉਂ ਪਹਿਨਣਾ? ਉਹ ਕਾਲੇ ਤਾਂ ਪਹਿਨੇ, ਬਾਹਰ ਬਹੁਤ ਸਾਰੇ ਸਟੂਡੈਂਟ ਆ, ਅਗਲਾ ਫੇਰਾ ਵੀ ਲਾਣਾ। ਚਲੋ ਵੀ ਆਸਟ੍ਰੇਲੀਆ ਆਸਟ੍ਰੇਲੀਆ ਆਸਟ੍ਰੇਲੀਆ। ਵਿਨੇ ਹਰੀ ਐਜੂਕੇਸ਼ਨ ਕੰਸਲਟੈਂਟ SCO 7374-75 ਸੈਕਟਰ 17D ਚੰਡੀਗੜ੍ਹ। ਕੰਟੈਕਟ 0181-5044-999।